ਮਾਰਨੀ ਉਹ ਕੀਤਾ ਕਦੇ ਚੋਪਰੇ ਨੇ ਮਿੱਠੀ ਏ ਪਸਾਨੇ ਚੰਮ ਤੇ ਸੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਈ ਬੈਕ ਸਟੈਬਰ ਸੌਂਗ ਬਾਏ ਬਾਗੀ, ਲਿਖਿਆ ਅਤੇ ਗਾਇਆ ਬਾਗੀ ਬਾਈ ਨਹੀਂ ਆ, ਮਿਊਜ਼ਿਕ ਮਿਰਰ ਦਾ, ਅਤੇ ਫੀਮੇਲ ਲੀਡ ਦੇ ਵਿੱਚ ਹੈਗੇ ਆ ਗੌਰੀ ਵਿਰਦੀ, ਅਤੇ ਡੀ ਓ ਪੀ ਹੈਗੀ ਆ ਸਾਗਰ ਰਾਠੌੜ ਬਾਈ ਦੀ। ਸੋ ਕਰਦੇ ਹਾਂ ਜੇ ਇੱਕ ਗਾਣਾ ਕਿਵੇਂ ਆਉਂਦਾ ਕਿਵੇਂ ਨਹੀਂ, ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਕਿੰਨੀ ਜੁਰਤ ਭਰੀਆ ਨਹੀਂ ਉਹ ਹੋਣੀ ਮਿਣਤੀ, ਵੈਰ ਕਿੰਨੇ ਹੋ ਗਏ ਨਹੀਂ ਉਹ ਕੀਤੀ ਗਿਣਤੀ, ਕਿੰਨੀ ਜੁਰਤ ਭਰੀਆ ਨਹੀਂ ਉਹ ਹੋਣੀ ਮਿਣਤੀ। ਆ ਬੋਲਦੇ ਰਿਕਾਰਡ ਸੀਗੇ ਜਿਨ੍ਹਾਂ ਦੇ ਨਹੀਂ ਪਿੱਤਲ ਨਾ ਉਹ ਵੀ ਥੰਮ ਤੇ, ਰੱਬਾ ਯਾਰ ਨਾ ਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ, ਇਹ ਸਹੀ ਹੈ ਯਾਰ ਗੱਲ ਹੈ ਨਾ ਬਈ। ਉਹ ਕਹਿੰਦਾ ਜੱਸੜ ਬਾਈ ਵੀ ਕਹਿੰਦਾ ਸੀਗਾ ਉਹਦੇ ਇੱਕ ਗਾਣੇ ਦੇ ਵਿੱਚ, ਹੈ ਨਾ, ਮਾੜੇ ਯਾਰ ਤੋਂ ਸੂਲੀ ਵਾਰੀ ਚੰਗਾ ਏ, ਮਾੜਾ ਸਮਝਦਾ ਜਿਹੜਾ ਪਿੱਠ ਵਾਰ ਨੂੰ, ਹੈ ਨਾ, ਪਿੱਠ 'ਤੇ ਵਾਰ ਜਿਹੜਾ ਖਾਨਦਾਨੀ ਦੁਸ਼ਮਣ ਹੁੰਦਾ ਨਾ ਉਹ ਪਿੱਠ 'ਤੇ ਵਾਰ ਵੀ ਨਹੀਂ ਕਰਦਾ ਬੰਦੇ, ਹੈ ਨਾ, ਪਰ ਜਿਹੜਾ ਮਾੜਾ ਯਾਰ ਹੁੰਦਾ ਗਾ ਉਹ ਮਤਲਬ ਕਹਿੰਦੇ ਘਰ ਦਾ ਭੇਤੀ ਲਾਂਕਾ ਢਾਏ ਉਹ ਕੰਮ ਕਰ ਜਾਂਦਾ। ਮਹਿੰਗੇ ਬੜੇ ਪੈਣੇ ਤੈਨੂੰ ਮਿੱਠੇ ਹੋਏ ਛੱਡ ਮਾੜੇ ਬੋਲ ਬੋਲਣੇ, ਨਹੀਂ ਤਾਂ ਰੱਬ ਨੇ ਸਰਾਖ ਜਿਹੜੇ ਦਿੱਤੇ ਹੋਏ ਗੱਭਰੂ ਨੇ ਉਹੀ ਖੋਲਣੇ, ਉੱਤੇ ਥੱਲੇ ਮੂੰਹ ਜਿਹੜੇ ਮਾਰਦੇ ਨਾ ਇਹੋ ਜਿਹੇ ਨੂੰ ਦਵਾ ਫੱਕ ਨੀ, ਚੱਲ ਗੋਲੀ ਕੀ ਆ ਛੱਕਿਆਂ ਦੇ ਮਾਰਨੀ ਨਹੀਂ ਛੱਡ ਦੂੰਗਾ ਲਾ ਕੇ ਕੀ ਲਾ ਕੇ, ਚੱਲ ਗੋਲੀ ਕੀ ਆ ਛੱਕਿਆਂ ਦੇ ਮਾਰਨੀ ਨਹੀਂ ਛੱਡ ਦੂੰਗਾ ਲਾ ਕੇ, ਸਮਝ ਨਹੀਂ ਲੱਗੀ ਯਾਰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਕੀ ਆ ਛੱਕਿਆਂ ਦੇ ਮਾਰਨੀ ਨਹੀਂ ਛੱਡ ਦੂੰਗਾ ਲਾ ਕੇ, ਛੱਡ ਦੂੰਗਾ ਕੀ ਲਾ ਕੇ ਯਾਰ, ਮੈਨੂੰ ਨਹੀਂ ਸਮਝ ਆ ਰਹੀ ਕਿ ਮਤਲਬ ਕੋਈ ਮਿਊਜ਼ਿਕ ਵਗੈਰਾ 'ਚ ਕੁਛ ਨਾ ਕੋਈ ਘੱਟ ਵੱਧ ਹੋਈ ਵੀ ਆ, ਵੀ ਮਿਊਜ਼ਿਕ ਦੀ ਆਵਾਜ਼ ਉੱਚੀ ਆ, ਹੈ ਨਾ, ਜਾਂ ਉਹ ਜੋ ਮੁੱਕਾ ਮਾਰਦਾ, ਹੈ ਨਾ, ਉਹ ਸਾਊਂਡ ਇਫੈਕਟ ਮੁੱਕੇ ਦਾ ਐਡ ਕੀਤਾ ਗਿਆ ਵਿੱਚ, ਉਹ ਚੀਜ਼ ਸੁਣ ਨਹੀਂ ਰਹੀ ਗੋਲੀ ਕੀ ਆ ਛੱਕਿਆਂ 'ਤੇ ਮਾਰਨੀ, ਅਤੇ ਅੱਗੇ ਮੈਨੂੰ ਸਮਝ ਨਹੀਂ ਆਈ ਉਹ ਲੈਣ ਦੀ। ਬਾਈ ਦੱਸਿਓ ਜ਼ਰੂਰ ਯਾਰ ਕਮੈਂਟ ਕਰਕੇ ਜਿਹਨੂੰ ਸਮਝ ਆਈ ਆ। ਮਾਰਨੀ ਉਹ ਕੀਤਾ ਕਦੇ ਚੋਪਰੇ ਨੇ ਮਿੱਠੀ ਏ ਪਸਾਨੇ ਚੰਮ ਤੇ, ਰੱਬਾ ਯਾਰ ਨਾ ਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ, ਯਾਰ ਨਾ ਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ, ਯਾਰ ਨਾ ਗਦਾਰ ਕੋਈ ਨਿਕਲਿਓ। ਓਕੇ 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 ਓਕੇ, ਯਾਰ ਨਾ ਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ, ਆ ਫੂਕ ਦਾਂਗੇ ਯਾਰੀ ਪਿੱਛੇ ਜੱਟੀਏ ਟੱਕਾਂ ਦੇ ਜਿਹੜੇ ਟੱਕ ਖੜੇ ਆ, ਐਂਟੀ ਕਿਹੜੇ ਕਿਹੜੇ ਕੋਈ ਪਰਵਾਹ ਨੀ ਨੀ ਨਾਲ ਜੋ ਦਲੇਰ ਬੜਿਆ, ਓਕੇ ਓਕੇ, ਪੁਲਿਸ ਵਾਲਿਆਂ ਨੂੰ ਚੁਕਾ ਤਾ ਇਹਨੇ, ਹੈ ਪਹਿਲਾਂ ਉੱਥੇ ਟਾਈਮ ਚੁਕਾਉਣ ਵੀ ਆਪ ਹੀ ਲੈ ਕੇ ਆਇਆ ਸੀ ਨਾਲ ਉਹਦਾ, ਕਰ ਜਦੋਂ ਉਹਨੇ ਖੁੱਲੇ ਫੜ ਕੇ ਬੰਦੇ, ਤੇ ਫਿਰ ਮਤਲਬ ਖਤਰਨਾਕ ਯਾਰ, ਸਹੀ ਆ ਯਾਰ ਗੱਲ, ਹੁੰਦੇ ਆ ਕਈ ਬੰਦੇ ਇਹ ਜੇ, ਪਰ ਜਿੰਨਾ ਜਿੰਨਾ ਨਾਲ ਪੁੱਤ ਮਾਵਾਂ ਨੇ ਨੀ ਡਰ ਕੇ ਅੰਦਰ ਵਾੜ ਲਏ, ਤੇਰੇ ਪੋਟੇ ਜਿੱਡੀ ਬਾਹਰ ਜਦੋਂ ਨਿਕਲੇ ਨੀ ਦਾਗ ਫਿਰ ਪੈਂਦੇ ਚੰਮ ਤੇ, ਰੱਬਾ ਯਾਰ ਨਾ ਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ,
ਲਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ ਯਾਰ ਲਗਦਾਰ ਕੋਈ ਨਿਕਲਿਓ ਲੋਕਾਂ ਦੀਆਂ ਗੱਡੀਆਂ ਚ ਬਹਿ ਕੇ ਸਾਲੇ ਸਾਡੀਆਂ ਬੁਰਾਈਆਂ ਕਰਦੇ ਪਤਾ ਨਾਲ ਰਹਿੰਦਿਆਂ ਦਾ ਸਾਰਾ ਨੀ ਅਸੀਂ ਕੱਚੇ ਜੇ ਨੀ ਕਰਦੇ ਉਹ ਪਿੱਠ ਪਿੱਛੇ ਕੱਢਦੇ ਨੇ ਗਾਲਾਂ ਨੀ ਮੂੰਹ ਤੇ ਕਹਿੰਦੇ ਵੱਡਾ ਬਾਈਆ ਨਾਮ ਕਿਹੜੇ ਕਿਹੜੇ ਤੱਲੇ ਦਾ ਗਣਾਵਾ ਸਾਲਿਆਂ ਨੇ ਸ਼ਰਮ ਹੀ ਲਾਈ ਆ ਮੁੰਡਾ ਛਿੰਦੇ ਦਾ ਸਹਾਰੇ ਨੀ ਉਹ ਭਾਲਦਾ ਨੀ ਤੁਰੇ ਆਪਣੇ ਹੀ ਦਮ ਤੇ ਬੱਲੇ ਤਰੇ ਆਈ ਤਰਾ ਹੋ ਗਿਆ ਕੰਮ ਕਲਿਓ ਵੈਰੀ ਭਾਵੇਂ ਰੋਜ ਜੰਮ ਪੇ ਆ ਯਾਰ ਨਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ ਬਾਕੀ ਤਾਂ ਫਿਰ ਬਾਕੀ ਆ ਯਾਰ ਨਗਦਾਰ ਕੋਈ ਨਿਕਲਿਓ ਵੈਰੀ ਭਾਵੇਂ ਰੋਜ ਜੰਮ ਪੇ ਨਾਈਸ ਯਾਰ ਨਾਈਸ ਉਹ ਬਈ ਇਹ ਸੀਗਾ ਗਾਣਾ ਅਤੇ ਯਾਰ ਬਹੁਤ ਸੋਹਣਾ ਗਾਣਾ ਸੀਗਾ ਨੋ ਡਾਊਟ ਵੀਡੀਓ ਵੀ ਬਹੁਤ ਸੋਹਣੀ ਸੀ ਕੰਸੈਪਟ ਬਹੁਤ ਸੋਹਣਾ ਸੀਗਾ ਗਾਣੇ ਦਾ ਹੈ ਨਾ ਲਿਖਿਆ ਬਹੁਤ ਵਧੀਆ ਹੁੱਕ ਲਾਈਨ ਸੀਗੀ ਜਿਹੜੀ ਹੈ ਨਾ ਉਹ ਬਹੁਤ ਵਧੀਆ ਮੀਨਿੰਗ ਆ ਉਹ ਚੀਜ਼ ਦਾ ਹੈ ਨਾ ਵੀ ਜਿਹੜਾ ਮਤਲਬ ਯਾਰ ਹੈਗਾ ਹੈ ਨਾ ਉਹ ਮਾੜਾ ਨਾ ਹੋਵੇ ਵੈਰੀ ਭਾਵੇਂ ਰੋਹ ਜੰਮ ਪਏ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਵੈਰੀਆਂ ਤੋਂ ਨਹੀਂ ਮਰਦੇ ਜੇ ਦੀ ਆਪਾਂ ਅਤੇ ਪਰ ਗੱਲ ਇਹ ਆ ਯਾਰ ਸਾਰਾ ਕੁਝ ਬਹੁਤ ਵਧੀਆ ਸੀ ਹੈ ਨਾ ਬਾਈ ਦੀ ਵੋਕਲ ਵੀ ਬਹੁਤ ਵਧੀਆ ਸੀ ਪਰ ਮੈਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਗਾਣੇ ਦਾ ਕਨੈਕਟ ਜਾਂ ਨਹੀਂ ਕਰ ਪਾਇਆ ਪਹਿਲਾਂ ਵਾਲੇ ਗਾਣਿਆਂ ਵਾਂਗੂ ਬਾਈ ਦੇ ਵਾਂਗੂ ਨਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਨਾ ਵੀ ਬੰਦੇ 'ਚ ਕਰੋਸਟੀ ਜੀ ਆਉਂਦੀ ਹੈ ਗਾਣਾ ਸੁਣ ਕੇ ਵੀ ਵਾਰ ਵਾਰ ਸੁਣਿਆ ਜਾਵੇ ਗਾਣੇ ਨੂੰ ਅਤੇ ਪਤਾ ਨਹੀਂ ਬਾਈ ਬਾਈ ਦੇ ਪਹਿਲਾਂ ਵਾਲੇ ਗਾਣੇ ਬਹੁਤ ਜ਼ਿਆਦਾ ਘੈਂਟ ਸੀਗੇ ਅਤੇ ਇਹ ਗਾਣਾ ਮੈਨੂੰ ਮਤਲਬ ਉਹਨਾਂ ਦੇ ਲੈਵਲ ਦਾ ਜਿਹਾ ਨਹੀਂ ਲੱਗਿਆ ਹੈ ਨਾ ਪਰ ਦੇਖੋ ਯਾਰ ਮੈਂ ਸੱਚੀ ਕਹਿੰਦਾ ਬਾਈ ਦਿਲ ਨਹੀਂ ਕਰਦਾ ਮੇਰਾ ਕਹਿਣ ਨੂੰ ਹੈ ਨਾ ਵੀ ਕਿਸੇ ਆਰਟਿਸਟ ਦੀ ਇੰਨੀ ਮਿਹਨਤ ਕੀਤੀ ਹੁੰਦੀ ਆ ਜਾਂ ਆਪਾਂ ਮਤਲਬ ਕਹਿ ਦਈਏ ਵੀ ਯਾਰ ਨਹੀਂ ਪਰ ਬਾਈ ਦੇ ਪਹਿਲਾਂ ਵਾਲੇ ਗਾਣਿਆਂ ਦੇ ਮੁਕਾਬਲੇ ਇਹ ਗਾਣੇ ਦਾ ਮੈਨੂੰ ਓਨਾ ਐਡਿਕਸ਼ਨ ਜਾਂ ਨਹੀਂ ਆਇਆ ਹੈ ਨਾ ਐਂ ਜਿਹਾ ਨਹੀਂ ਹੋਇਆ ਵੀ ਇਹ ਗਾਣੇ ਨੂੰ ਵਾਰ ਵਾਰ ਸੁਣਿਆ ਜਾਵੇ ਪਤਾ ਨਹੀਂ ਕਿਉਂ ਯਾਰ ਹੈ ਨਾ ਅਤੇ ਪਰ ਹਾਂ ਗਾਣਾ ਸੋਹਣਾ ਸੀਗਾ ਕੋਈ ਘਾਟ ਨਹੀਂ ਸੀ ਗਾਣੇ ਦੇ ਵਿੱਚ ਕਿਤੇ ਨਾ ਕਿਤੇ ਬਸ ਐਂ ਜੇ ਹੋਇਆ ਵੀ ਵਾਈਬ ਦੀ ਘਾਟ ਲੱਗੀ ਮੈਨੂੰ ਗਾਣੇ ਦੇ ਵਿੱਚ ਹੈ ਨਾ ਵਾਈਬ ਵੀ ਉਹ ਓਨੀ ਘੈਂਟ ਵਾਈਬ ਜੀ ਨਹੀਂ ਸੀਗੀ ਗਾਣੇ ਦੀ ਹਾਂ ਲਿਖਿਆ ਸੋਹਣਾ ਸੀਗਾ ਗਾਇਆ ਬਹੁਤ ਸੋਹਣਾ ਬਾਈ ਦੀ ਵੋਕਲ ਬਹੁਤ ਸੋਹਣੀ ਆ ਜਿਹੜੀ ਵੀਡੀਓ ਆ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਹੈ ਨਾ ਅਤੇ ਸਾਰਾ ਕੁਝ ਘੈਂਟ ਸੀਗਾ ਬਸ ਉਹੀ ਚੀਜ਼ ਮਾੜੀ ਜਿਹੀ ਲੱਗੀ ਹੈ ਨਾ ਮੈਨੂੰ ਹੁੱਕ ਲਾਈਨ ਵੀ ਬਹੁਤ ਜ਼ਿਆਦਾ ਘੈਂਟ ਸੀ ਹੋ ਸਕਦਾ ਇਹ ਗਾਣਾ ਬਹੁਤ ਚੱਲ ਜੀ ਬਾਕੀ ਆਪਦੇ ਆਪਦੇ ਟੇਸਟ ਦਾ ਵੀ ਫਰਕ ਹੁੰਦਾ ਹੈ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਮੈਨੂੰ ਥੋੜ੍ਹਾ ਜਿਹਾ ਬਾਈ ਦੇ ਬਾਕੀ ਗਾਣੇ ਸੀਗੇ ਜਿਵੇਂ ਪ੍ਰਿਜ਼ਨਰ ਗਾਣਾ ਸੀਗਾ ਹੈ ਨਾ ਅਤੇ ਇੱਕ ਹੋਰ ਗਾਣਾ ਆਇਆ ਸੀ ਬਾਈ ਦਾ ਉਹਦੇ ਨਾਲ ਹੀ ਦੋ ਗਾਣੇ ਆਏ ਸੀਗੇ ਇਹ ਉਦੋਂ ਉਹ ਗਾਣਿਆਂ ਦੀ ਜਿਹੜੀ ਵਾਈਬ ਸੀ ਨਾ ਐਂ ਜੀ ਕਰਦਾ ਸੀ ਯਾਰ ਵੀ ਹਾਂ ਵਾਰ ਵਾਰ ਸੁਣੀ ਜਾਗੇ ਇਹ ਗਾਣਿਆਂ ਨੂੰ ਅਤੇ ਉਹ ਥੋੜ੍ਹਾ ਜਿਹਾ ਮੈਨੂੰ ਲੱਗਿਆ ਯਾਰ ਬਾਕੀ ਯਾਰ ਤੁਸੀਂ ਦੱਸੋ ਬਾਈ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਗਾਣਾ ਜੇ ਵਧੀਆ ਲੱਗਿਆ ਤਾਂ ਬਾਈ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਥੈਂਕਸ ਫਾਰ ਵਾਚਿੰਗ ਗਾਈਸ